ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਚੰਦ ਪੁਰਾਣਾ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਫੋਨ ਨੰਬਰ 98145409168। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪਸ਼ੂ ਵਿਖਾਉਣੇ ਆ। ਇੱਕ ਇੱਧਰ ਬਹੁਤ ਚੰਗੀ ਮੱਝਾਂ ਵਰਗੀ ਤਾਜ਼ੀ ਸੂਈ ਸਵਾਈ ਵੈੜ, ਦੋ ਜਰਸੀਆਂ ਬਹੁਤ ਚੰਗੀਆਂ, ਚੰਗੇ ਥਣ ਭਾਂਡੇ ਵਾਲੀਆਂ, ਮੁੱਲ ਛੋਟੇ ਛੋਟੇ ਜੇ ਹੋਣਗੇ। ਇਨਫੋਰਮੇਸ਼ਨ ਲੈ ਦੇਣਾ, ਉਹ ਕਰਦੇ ਹਾਂ ਗੱਲਬਾਤ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ। ਨਾਮ ਦੇ ਦਿਓ। ਰਿਸ਼ਪਾਲ ਸਿੰਘ, ਪਿੰਡ ਚੰਦ ਪੁਰਾਣਾ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸ। 85848781। ਕਿੰਨਵਾਂ ਸੂਆ ਬਾਈ? ਇਹ ਦੂਜੇ ਸੂਏ ਹੀ ਸੁਣਦੀ ਆ, ਸਾਰੀਆਂ ਦੂਜੇ ਸੂਏ ਵਾਲੀਆਂ ਹੈ, ਤੀਜੇ ਵਾਲੀ ਕੋਈ ਵੀ ਹੈ ਨਹੀਂ, ਸਾਰੀਆਂ ਦੂਜੇ ਨਾਲ ਪਿਓਰ ਦੂਜੇ ਦੂਜਾ। ਕਿੰਨੇ ਕੁ ਦਿਨ ਲੈ ਜਾਓ? ਦਿਨ ਬਸ ਤਿਆਰ ਹੀ ਆ, ਹੋ ਸਕਦਾ ਰਾਤ ਨੂੰ ਸੂਪੇ, ਕੱਲ ਨੂੰ ਸੂਪੇ। ਠੀਕ ਆ, ਬਾਕੀ ਇਹ ਪਰਮਾਤਮਾ ਦੇ ਹੱਥ, ਦੋ ਦਿਨ ਕੱਢ ਜੇ ਜਨਮ ਮਰਨ ਦਾ ਉਹਦੇ ਹੱਥ ਵਾਸ, ਆਪਣੇ ਹੱਥ ਵਾਸਤੇ। ਜਾਣੀ ਤਿਆਰੀ ਨੂੰ ਵੇਖ ਕੇ ਕਹਿੰਦੇ ਵੀ ਡੰਗ ਧੜੀ ਕਦੋਂ, ਤੂੰ ਸੀਲ ਸਾਹੂ ਬਹੁਤ ਆਏ ਬੈਠਾ ਰਹੇ ਭੰਗ। ਦੁੱਧ ਕਿੰਨਾ ਕੁ ਬਾਈ ਰਿਸ਼ਪਾਲ? ਦੁੱਧ ਯਾਰ ਮਾਲਕਾਂ ਨੇ ਤਾਂ ਦੱਸਿਆ ਵੀ 18 ਕਿਲੋ ਚ ਹੋਇਆ ਪਹਿਲੇ ਸੂਏ ਦਾ, ਹੁਣ ਅਗਲਾ ਸਮਝ ਨਾ ਲੈ ਲਵੇ ਹਨਾ ਕਿੰਨਾ ਚੋ ਸਕਦਾ। ਅਗਲਾ ਬਾਅਦ ਚੋ ਤਰਾਈ ਕਰ ਲਵੇ, ਤੂੰ ਇੰਨਾ ਕਹਿਤਾ ਸੀਗਾ ਨਾ ਸੇਵਾ ਅਗਲਾ ਕਰੇ ਨਾ ਕਰੇ। ਛੋਟਾ ਜਿਹਾ ਮੁੱਲ ਮੁੱਲ ਕਰਾਉਣਾ 50-55 ਜਿੰਨਾ ਮਰਜ਼ੀ, 48,000 ਦੀ ਛੋੜ ਹੀ ਕਰਾਂਗੇ ਆਪਾਂ, ਕੱਢੀਏ ਬਾਹਰ ਨੂੰ। ਦੋਸਤੋ, ਮੁੱਲ ਬਾਈ ਕਹਿੰਦਾ 50,000 55,000 ਜਿੰਨਾ ਮਰਜ਼ੀ ਕਰਾ ਲਓ, 48,000 ਚੋਂ ਇਕੱਲੀ ਛੋੜ ਕਰੂੰਗਾ। ਦੂਜਾ ਸੂਆ ਜਰਸੀ, ਥਣ ਭਾਂਡੇ ਦੀ ਸਾਫ਼ ਸੁਥਰੀ ਹੈ, ਲੇਵਾ ਕਰਮ ਵਾਲੀ ਨੇ ਬਹੁਤ ਵੱਡਾ ਤਿਆਰ ਕੀਤਾ, ਪੱਟਾਂ 'ਚ ਫਸਿਆ ਪਿਆ, ਅਮਰੀਕਨ ਵਹਿਣਾ ਵਰਗਾ ਹਵਾਨਾ, ਉੱਪਰੋਂ 1.25 ਫੁੱਟ ਵਾਂਗੂ ਚੌੜਾ ਹਵਾਨਾ ਸਟਾਰਟ ਹੁੰਦਾ। ਹਾਂ, ਥਣ ਵੀ ਮੋਟਾ ਮੋਟਾ, ਮੱਝ ਵਾਲਾ ਜਾਨ ਵਾਲਾ ਦੀ ਚਵਾਈ ਵਾਲਾ, ਉਸ ਹਿਸਾਬ ਨਾਲ ਮੁੱਲ ਛੋਟਾ ਜਿਹਾ 48,000। ਦੁੱਧ ਬਾਈ ਕਹਿੰਦਾ 18 ਕਿਲੋ ਦਿੱਤਾ ਇਹਨੇ ਪਹਿਲਾਂ ਨੇ, ਅਤੇ ਉਸ ਹਿਸਾਬ ਨਾਲ ਤਾਂ ਫਿਰ ਮੁੱਲ ਜਮਾਂ ਹੀ ਜਾਇਜ਼ 48,000, 47-48,000 ਦੀ ਇੰਨੇ ਦੁੱਧ ਵਾਲੀ ਵੱਢ ਦਿੰਦਾ ਵੀ ਕੌਣ ਆ। ਠੀਕ ਹੈ, ਛਿੱਗੀ ਵੈੜ, ਥਣਾਂ ਦੀ ਸਾਫ਼ ਸੁਥਰੀ, ਬਿਲਕੁਲ ਸਸਤੇ ਮੁੱਲ ਦੀ। ਜੇ ਕੋਈ ਭੈਣ ਭਰਾ ਵੇਚਦਾ ਵੀ ਆ ਤਾਂ ਵੀ 54-55 ਹਜ਼ਾਰ ਦੀ ਵੈੜ ਹੈ, ਪਰ ਬਾਈ ਨੇ ਤਾਂ ਜਾਇਜ਼ ਜਿਹਾ ਮੁੱਲ ਹੀ ਕੀਤਾ 48,000। ਡੇਲੀ ਪਸ਼ੂ ਆਉਂਦੇ ਆ, ਜਾਇਜ਼ ਜੇ ਨਫੇ ਨਾਲ ਬਾਈ ਪਸ਼ੂ ਸੇਲ ਕਰ ਦਿੰਦਾ, 45-48 ਹਜ਼ਾਰ ਦੀ ਮੈਨੂੰ ਤਾਂ ਲੱਗਦਾ ਨਹੀਂ ਕੋਈ ਇੰਨੇ ਦੁੱਧ ਵਾਲੀ ਸੋਹਣੇ ਵੱਡੇ ਹਵਾਨੇ ਵਾਲੀ ਦੇ ਦੂਗਾ। ਕਿਤੇ ਫਾਰਮ 'ਚ ਖੜੀ ਹੋਵੇ ਇੱਦਾਂ ਦੇ ਲੇਵੇ ਵਾਲੀ ਬੱਚੇ, ਅਗਲਾ 80-85 ਹਜ਼ਾਰ ਮੁੱਲ। ਸਹੀ ਆ, ਦੋ ਨੰਬਰ 'ਤੇ ਆਈਏ ਬਾਈ, ਇਹ ਵੀ ਦੂਜਾ ਸੂਆ ਹੈ। ਕਿੰਨੇ ਕੁ ਦਿਨ ਲੈ ਜਾਊ? 5-6 ਦਿਨ ਇਹ ਲੈ ਜਾਊਗਾ, ਮਸਾਂ ਇੰਨਾ ਹੀ ਆ, ਹੋ ਸਕਦਾ ਵੀ 2 ਦਿਨ ਪਹਿਲਾਂ ਵੀ ਸੂ ਸਕਦੀ ਆ, ਪਲ ਢਿੱਲਾ ਬਹੁਤ ਆ, ਚੰਗੀ ਦੁੱਧ ਹੋਵੇ ਵੀ ਚੰਗੀ। ਕਿੰਨਾ ਕੁ ਦੁੱਧ ਪਿਆ ਜੂ? ਦੇ ਦੂਗੀ 16-17 ਲੀਟਰ ਆਪਾਂ ਫੜਾ। ਛੋਟਾ ਜਿਹਾ ਪਾ, ਇਹ 43,000 ਰੁਪਏ। ਅੱਛਾ ਕੋ ਬਾਈ, ਉਸ ਤੋਂ ਇੱਕ ਨੰਬਰ 48 ਦੀ, ਦੋ ਨੰਬਰ 43 ਦੀ, ਇਹ ਵੀ 16-17 ਕਿਲੋ ਦੁੱਧ ਪਿਆ ਜੂ ਬਾਈ ਕਹਿੰਦਾ। ਦੁੱਧ ਇਹਦਾ ਵੀ ਮੱਝਾਂ ਵਰਗਾ, ਸਾਰੀਆਂ ਦੇ ਮੱਝਾਂ ਵਰਗਾ ਦੁੱਧ, ਕਿਉਂਕਿ ਇਹਨਾਂ ਦੇ ਵਿੱਚੋਂ HF ਨਸਲ ਦੀ ਜਾਤ ਵਾਲੀ ਕੋਈ ਵੀ ਨਹੀਂ। 43,000 ਚੋਂ ਮਾਣ ਕਰ ਦੂ ਬਾਈ, ਛੋੜ ਕਰ ਦੂ ਖੁੱਲੇ ਦਿਲ ਨਾਲ, ਬੇਫਿਕਰ ਹੋ ਕੇ ਆ ਜਾਓ। 16-17 ਕਿਲੋ ਦੁੱਧ ਪਿਆ ਜੂ, 16-17 ਕਿਲੋ ਦੁੱਧ ਵਾਲੀ ਮੱਝ ਲੈਂਦੇ ਹਾਂ, 1.25-1.5 ਲੱਖ ਡੇਢ ਲੱਖ ਦੀ ਆਉਂਦੀ ਆ। ਅਤੇ ਬਾਈ ਕਹਿੰਦਾ ਆਪਾਂ 43,000 ਦੀ ਦੇ ਦਿੰਦੇ, ਇੰਨੇ 43,000 ਦੀ ਤਾਂ ਕੋਈ ਫੰਡਰ ਮੱਝ ਨਹੀਂ ਦਿੰਦਾ, ਅਤੇ 1.25 ਲੱਖ ਵਾਲੀ ਮੱਝ ਦੇ ਬਰਾਬਰ ਦੁੱਧ ਪਿਆ ਦੇਣਾ, 16-17 ਕਿਲੋ ਦੁੱਧ ਪਿਆ ਜੂ। ਆਪਣੇ ਕੋਲ 2 ਘੰਟੇ ਪਹਿਲਾਂ ਹੀ ਆਇਆ, ਆ ਤਾਜ਼ਾ ਹੀ ਆਇਆ। ਛੋਟਾ ਜਿਹਾ ਮੁੱਲ ਇਹ ਆਪਾਂ 42,000 ਦੀ ਦੇ ਦੇਣਗੇ, ਇਹ 42 ਦੀ ਸਹੀ ਹੈ। ਉਸ ਤੋਂ 1 ਨੰਬਰ 48 ਦੀ, 2 ਨੰਬਰ 43 ਦੀ, 3 ਨੰਬਰ 42 ਦੀ।
ਦੁੱਧ ਇਹ ਵੀ ਬਾਈ ਕਹਿੰਦਾ 16-17 ਪਿਆ ਜੂ। ਇਹਦਾ ਹੈ ਇਹ ਵੀ ਜਰਸੀ ਆ ਪਰ ਇਹਦਾ ਕਲਰ ਬਲੈਕ ਆ, ਦੂਜੀਆਂ ਬਦਾਮੀ ਰੰਗ ਦੀਆਂ ਅਤੇ ਇਹ ਬਲੈਕ ਕਲਰ ਦੀ ਆ। ਦੁੱਧ ਤਾਂ ਸੇਮ ਹੀ ਹੁੰਦਾ ਇਹਨਾਂ ਦਾ, ਮੱਝਾਂ ਵਰਗਾ ਕਲਰ ਜ਼ਰੂਰ, ਚਲੋ ਉਹ ਬਦਾਮੀ ਆ, ਇਹ ਬਲੈਕ ਆ। ਜਿਹਨੇ ਦੁੱਧ ਪੀਣ ਨੂੰ ਲੈਣੀ ਆ, ਗਰਮੀ ਸ਼ਰਮੀ ਕਰਨ ਵਾਲੀ ਕੋਈ ਵੀ ਹੈਨੀ ਅਸੀਂ, ਲੱਤ ਛਾੜ ਵਾਲੀ ਕੋਈ ਨਹੀਂ। ਹਵਾਨਾ ਦੋਸਤੋ ਇਹ ਸਾਰੀਆਂ ਨੇ ਵੱਡਾ ਤਿਆਰ ਕਰੂਗੀ। ਹਵਾਨਾ ਇੱਕ ਹਫ਼ਤੇ ਦੀ ਕੱਚੀ ਕੱਚੀ, ਇਕੱਲੀ ਕੱਚੀ ਕੱਚੀ ਬਾਈ ਨੇ ਖਿੱਚ ਕੇ ਵਿਖਾਇਆ, ਰਬੜ ਵਾਂਗੂ ਵੱਧਦਾ, ਕੋਈ ਸੂਨ ਦੀ ਬਾਈ ਧਾਈ ਨਹੀਂ, ਹਫ਼ਤਾ ਲੈ ਜਾਣਾ। ਇੱਕ ਨੰਬਰ ਵਾਂਗੂ ਜਿੱਦਣ ਤਿਆਰ ਹੋ ਗਈ ਲੈਟ ਕੇ ਸੂ, ਇੱਕ ਨੰਬਰ ਦੀ ਤਿਆਰੀ ਵੇਖੋ ਤੁਸੀਂ। 17-18 ਕਿਲੋ, 18 ਕਿਲੋ ਦੁੱਧ ਬਾਈ ਦੱਸਦਾ ਪਹਿਲਾਂ ਨੇ ਦਿੱਤਾ, ਅਤੇ ਮੁੱਲ ਛੋਟਾ ਜਿਹਾ 48,000, 3 ਨੰਬਰ 42,000 ਦੀ। ਹਾਂ ਫੁੱਟ ਵਾਂਗੂ ਹਵਾਨਾ ਪਿੱਛੇ ਮਾਰਦਾ, ਸਹੀ ਆ। ਲਾਸਟ ਤੇ ਆ ਜਾ ਬਾਈ ਰਿਸ਼ਪਾਲ, ਇਹ ਵੀਰੇ ਰਾਤ ਦੀ ਸੂਈ ਹੋਈ ਆ, ਜੇ ਡਾਨਾ ਆਪਣੇ ਕੋਲੇ ਵੀਡੀਓ ਬਣੀ ਹੋਈ ਆ, ਠੀਕ ਆ, ਅਗਲੇ ਪਿਛਲੇ ਘਰ ਦੀ ਵੀਡੀਓ ਬਣੀ ਹੋਈ ਆ ਆਪਣੇ ਕੋਲ, ਮਗਰ ਰਾਣੀ ਕੇ ਰਾਜਾ, ਇਹ ਰਾਣੀ ਆ ਜੀ, ਰਾਣੀ ਆ ਮਗਰ, ਹਾਂਜੀ ਹਾਂਜੀ, ਸਹੀ ਆ। ਚੂਹੀ ਦੀ ਬਹੁਤ ਠੰਡੀ ਆ, ਆਏ ਬਿਨਾ ਨਿਆਣੇ ਤੋਂ ਭਾਵੇਂ ਬੈਠਾ ਰਵੇ। ਕਿੰਨਾ ਕੁ ਦੁੱਧ ਪਿਆ ਜੂ ਦੁੱਧ ਯਾਰ? ਜਿਸ ਹਿਸਾਬ ਨਾਲ ਲੇਵਾ ਭਾਂਡਾ ਵੇਖੀਏ ਤਾਂ 18-20 ਕਿਲੋ ਤੱਕ ਪਿਆਉਣਾ ਚਾਹੀਦਾ। ਛੋਟਾ ਜਿਹਾ ਮੁੱਲ ਇਹ ਦੇ ਦੇਣੀ ਆਪਾਂ 55,000 ਰੁਪਏ। ਦੋਸਤੋ ਮਗਰ ਰਾਣੀ ਆ, ਕਾਲੇ ਰੰਗ ਦੀ ਵੱਛੀ, ਫੀਮੇਲ ਕਾਫ ਬਛੜੀ। ਦੁੱਧ ਬਾਈ ਕਹਿੰਦਾ 18-20 ਕਿਲੋ ਪਿਆ ਜੂ। ਹਵਾਨਾ ਇਹਦਾ ਵੀ ਠੋਸ ਨਿੱਗਰ ਹੈ, ਕੋਈ ਲੰਕਾਵਾਂ ਜਿਹਾ ਹਵਾਨਾ ਨਹੀਂ, ਫਿੱਟ ਫਿੱਟ ਹੈ। ਪੱਟ ਤੁਸੀਂ ਵੇਖ ਹੀ ਰਹੇ ਆ, ਸੱਜਾ ਉੱਧਰ ਨੂੰ ਕੱਢ ਕੇ ਤੁਰਦੀ ਅਤੇ ਖੱਬਾ ਉੱਧਰ ਨੂੰ ਬਾਹਰ ਨੂੰ ਕੱਢ ਕੇ ਤੁਰਦੀ ਹੈ, ਕਿਉਂਕਿ ਹਵਾਨਾ ਪੂਰਾ ਪੱਟਾਂ 'ਚ ਫਸਿਆ ਪਿਆ। ਪੱਕੇ ਲੇਵੇ ਦੀ ਵੈੜ, ਹਾਂ ਸੋਹਣਾ ਲੱਗਾ, ਮੁੱਠੀ ਵਾਲਾ, ਚਵਾਈ ਵੀ ਉਨੀ ਚੰਗੀ, ਥਣ ਵੀ ਪੂਰਾ ਚੰਗਾ, ਨੋਕ ਵਾਲਾ ਮੋਟਾ ਜਾਨ ਵਾਲਾ ਥਣ, ਜਿੰਨਾ ਚੰਗਾ ਥਣ ਹੋਊ ਉਨੀ ਚੰਗੀ ਚਵਾਈ ਹੋਊ, ਭਾਵਾਂ ਮੱਝ ਹੋਵੇ ਅਤੇ ਭਾਵਾਂ ਗਾਂ ਹੋਵੇ। ਇਹ ਜਿਹੜੇ ਭੈਣ ਭਰਾ ਪਸ਼ੂ ਰੱਖਦੇ ਆ ਸਾਰਿਆਂ ਨੂੰ ਪਤਾ, ਜਿੰਨਾ ਚੰਗਾ ਥਣ ਉਨੀ ਚੰਗੀ ਚਵਾਈ ਹੋਊ। 18-20 ਕਿਲੋ ਦੁੱਧ ਪਿਆ ਜੂ, ਹਾਂ ਜੋ ਉਸ ਤੋਂ ਜਿਹੜੀ ਮਸਟੈਰ ਹੁੰਦੀ ਹੈ ਲੇਵੇ ਨੂੰ, ਥਣਾਂ ਨੂੰ ਪਰੇਸ਼ਾਨੀ ਆਉਂਦੀ ਹੈ, ਦਿੱਕਤ ਆਉਂਦੀ ਹੈ, ਇੱਦਾਂ ਦੇ ਲੇਵੇ ਨੂੰ ਭੋਰਾ ਵੀ ਨਹੀਂ ਆਉਂਦੀ। ਹਾਂ ਮੱਝਾਂ ਵਰਗਾ ਦੁੱਧ, 18-20 ਕਿਲੋ ਦੁੱਧ ਪਿਆ ਜੂ, 55,000 ਚੋਂ ਬਾਈ ਕਹਿੰਦਾ ਮਾਣ ਕਰ ਦੂ। ਇੱਕ ਪਾਸੇ 18-20 ਕਿਲੋ ਵਾਲੀ ਮੱਝ ਖੜਾ ਲਓ ਦੁੱਧ ਵਾਲੀ, ਅਤੇ ਇੱਕ ਪਾਸੇ ਇਹ ਖੜਾ ਲਓ, ਅਤੇ ਉੱਤੇ ਪੈਸੇ ਵੀ ਥੱਬਾ ਲੱਗਣਗੇ, 3 ਗੁੱਟੀਆਂ ਘੱਟੋ ਘੱਟ ਲੱਗਣਗੀਆਂ, ਅਤੇ 1 ਗੁੱਟੀ ਦੀ ਆ ਜਾਣੀ ਹੈ। ਅਤੇ ਸਿਆਲੋ ਸਿਆਲ ਖੁੱਲ੍ਹਾ ਦੁੱਧ ਪਿਆ ਜੂ, ਦੁੱਧ ਘਿਓ ਲੱਸੀ ਖੋਆ ਜਿਵੇਂ ਮਰਜ਼ੀ ਮਾਰਿਓ, ਨਜ਼ਾਰੇ ਦੇ ਦੂ ਸਿਆਲੋ ਸਿਆਲ। ਅੱਜ ਦੀ ਵੀਡੀਓ ਦੇ ਵਿੱਚ 4 ਪਸ਼ੂ ਬਿਲਕੁਲ ਛੋਟੇ ਛੋਟੇ ਭਾ, ਜਿਵੇਂ ਵੇਖੋ 1 ਨੰਬਰ 18 ਕਿਲੋ ਦੁੱਧ ਦਿੱਤਾ ਪਹਿਲਾਂ ਨੇ, 18 ਮੰਨ ਕੇ ਲੈ ਲਏ ਅਗਲਾ, ਮੁੱਲੇ ਦਾ 48,000। 2 ਨੰਬਰ 16-17 ਕਿਲੋ ਦੁੱਧ ਪਿਆ ਜੂ, ਮੁੱਲੇ ਦਾ 43,000। 3 ਨੰਬਰ 16-17 ਕਿਲੋ ਦੁੱਧ ਪਿਆ ਜੂ, ਇਕੱਲੀ ਕੱਚੀ ਕੱਚੀ ਹਫ਼ਤੇ ਦੀ, ਮੁੱਲੇ ਦਾ 42,000। 4 ਨੰਬਰ ਤਾਜ਼ੀ ਸੂਈ ਸਵਾਈ ਆ ਮਗਰ ਵੱਛੀ, 18-20 ਕਿਲੋ ਦੁੱਧ ਪਿਆ ਜੂ, ਮੁੱਲ 55,000। ਬਿਲਕੁਲ ਸਸਤੇ ਮੁੱਲ ਦੀਆਂ ਸੋਹਣੀਆਂ, ਨਵਾਂ ਹਾਣ ਵਹਿਣਾ ਗਾਂ ਟੈਪ, ਇਹਨਾਂ 'ਚ ਕੋਈ ਵੀ ਨਹੀਂ, ਕਿਉਂਕਿ ਦੂਜਾ ਸੂਆ ਵਹਿਣਾ, ਮੁੱਲ ਛੋਟੇ ਛੋਟੇ ਆ। ਪੂਰੀ ਵੀਡੀਓ ਆਪਣੇ ਯੂਟਿਊਬ ਚੈਨਲ 'ਤੇ ਅਪਲੋਡ ਹੋ ਗਈ ਹੈ, ਤੁਸੀਂ ਵੇਖ ਹੀ ਰਹੇ ਹਾਂ, ਬਾਕੀ ਸ਼ੋਰਟ ਤੁਹਾਨੂੰ ਉੱਧਰ ਇੰਸਟਾ 'ਤੇ ਮਿਲ ਜਾਣਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।